ਇੱਦਾਂ ਇੱਕ ਹੋਰ ਪੜ੍ਹ ਲਵਾਂ। ਬੋਲੋ ਤਾਂ ਸਹੀ, ਪੜ੍ਹਾਂ ਕਸੀਦਾ। ਚਲੋ ਠੀਕ ਹੈ, ਮੁਰਸ਼ਦ ਅਲੀ ਦੇ ਜ਼ਹੂਰ ਦਾ ਇੱਕ ਕਸੀਦਾ ਬਿਲਕੁਲ ਨਵਾਂ। ਚਲੋ ਤੁਹਾਡੇ ਤੋਂ ਮੋਹਰ ਲਵਾ ਲਈਏ ਇੱਕ। ਜ਼ਮਾਨਾ ਵੇਖੇ ਜੋੜੀ ਦਾ ਨਾ, ਇਹਨੇ ਤਾਂ ਇਹੋ ਜਿਹੀਆਂ ਗੱਲਾਂ ਕਰਨੀਆਂ। ਜ਼ਮਾਨਾ ਵੇਖੇਗਾ ਆਨਾ ਹੈ ਦਰਦਾ, ਜ਼ਮਾਨਾ ਵੇਖੇਗਾ ਆਨਾ ਹੈ ਦਰਦਾ, ਕਦੋਂ ਰਸਤਾ ਹੈ ਦਰਦਾ। ਸੁਭਾਨ, ਮਿਹਰਬਾਨੀ ਮਿਹਰਬਾਨੀ ਮੁਰਸ਼ਦ। ਲੋਕਾਂ ਨੇ ਪੁੱਛਿਆ ਯਾਰ ਸੁਣ ਲਾ, ਬੱਚਾ ਆਪਣੇ ਘਰ ਆਵੇ ਤੇ ਕਿਸੇ ਨਾ ਕਿਸੇ ਜੀ ਤੇ ਸ਼ਕਲ ਹੁੰਦੀ ਏ। ਮਾਮੇ ਤੇ ਟੁਰ ਗਿਆ, ਚਾਚੇ ਤੇ ਟੁਰ ਗਿਆ, ਪਿਓ ਤੇ ਟੁਰ ਗਿਆ, ਮਾਂ ਤੇ ਬੱਚਾ। ਪਾਕ ਇਬਰਾਨ ਦਾ ਪੁੱਤਰ ਏ ਤੇ ਆਇਆ ਏ ਰਹਿਮਾਨ ਦੇ ਘਰ। ਅਲੀ ਦੀ ਸ਼ਕਲ ਕਿਹਦੇ ਤੇ ਜਿਹੜੇ ਲੋਕਾਂ ਪੁੱਛਿਆ ਪੁੱਛਿਆ ਜਾ ਲੋਕਾਂ ਦੇ ਇਹਦਾ ਚਿਹਰਾ ਠੀਕ ਹੈ। ਚਿਹਰਾ ਹੈ ਦਰਦਾ। ਸੁਭਾਨ ਅੱਲਾ, ਨਾਰਾ ਹੈਦਰੀ। ਚਲੋ ਮੈਂ ਕਿਹਾ ਆਪਾਂ ਹੀ ਮਰਵਾ ਲਈਏ ਨਾਰਾ। ਸਲਵਾਰ ਤਾਂ ਉੱਚੀ ਆਵਾਜ਼ ਨਾ ਪੜੋ ਸਾਈਆਂ ਦੇ ਨਾਲ। ਇੱਥੇ ਅੱਗੇ ਆ ਗਿਆ, ਹਰ ਵੇਲੇ ਸਾਨੂੰ ਆਉਣਾ ਹੈ ਅਲੀ ਦਾ ਨਾਮ ਨਮਾਜ਼ ਚ ਨਾ ਚਾ ਵਿੰਦੇ ਪਿਆ ਹੋ ਨਾ ਮੇਰੇ ਅੱਲ। ਅੱਲਾ ਨੇ ਕਾਬੇ ਚੋਂ ਦੂਰ ਨਹੀਂ ਕੀਤਾ, ਰਸੂਲ ਨੇ ਮੋਢਿਆਂ ਤੋਂ ਦੂਰ ਨਹੀਂ ਕੀਤਾ। ਮੌਲਵੀ ਆਂਦਾ ਨਮਾਜ਼ ਤੋਂ ਦੂਰ ਕਰ ਅਲੀ, ਅਕਲ ਦਾ ਇਲਾਜ ਕਰ। ਮੇਰਾ ਕਿਬਲਾ ਹੈ ਮੇਰਾ ਕਾਬਾ ਹੈਦਰ, ਸਭ ਥਾਵਾਂ ਕਿਵੇਂ ਦੇਖੂੰ ਬਸ ਇਤਨਾ ਦੱਸ ਮੈਨੂੰ, ਸਾਈਂ ਕਿੱਥਾ ਸਰ ਝੁਕਾਵੇ, ਸਾਈਂ ਕਿੱਥਾ ਸਰ ਝੁਕਾਵੇ, ਖੁਦਾਵਾ ਵਿਹੜਾ ਹੈ ਦਰਦਾ। ਫਿਰ ਨਾਰਾ ਹੈਦਰੀ, ਸਲਵਾਤ ਉੱਚੀ ਆਵਾਜ਼ ਨਾ ਪੜੋ ਸਾਰੇ ਮਿਲ ਕੇ ਸਹੀ। ਲੋ ਦੋ ਕਸੀਦੇ ਮੈਂ ਪੜ੍ਹ ਲੈਣੇ, ਦੋ ਫਰਮਾਇਸ਼ਾਂ ਉਹ ਵੀ ਪੂਰੀਆਂ ਕਰਕੇ।